ਅੱਜ ਪੰਜਾਬ ਦੇ ਵਿੱਚ ਲੋਕ ਸਭਾ ਇਲੈਕਸ਼ਨ ਦਾ ਦਿਹਾੜਾ, ਲੋਕਾਂ ਵਿੱਚ ਭਰਵਾਂ ਉਤਸ਼ਾਹ। ਇੱਕ ਅਜਿਹੀ ਹੀ ਕੇਂਦਰ ਲੈ ਚੱਲਦੇ ਹਾਂ ਲਾਂਡਰਾਂ ਵਿਖੇ ਤੁਹਾਨੂੰ, ਜਿੱਥੇ ਵੋਟਾਂ ਪੈ ਰਹੀਆਂ ਨੇ ਅਤੇ ਲੋਕਾਂ ਵਿੱਚ ਜੋ ਉਤਸ਼ਾਹ ਹੈ ਸਵੇਰ ਦੇ ਵੇਲੇ ਉਹ ਤੁਸੀਂ ਵੇਖ ਸਕੋਗੇ। ਵੱਖ ਵੱਖ ਪਾਰਟੀਆਂ ਦੇ ਇਹ ਬੂਥ ਲੱਗੇ ਨੇ। ਆਮ ਆਦਮੀ ਪਾਰਟੀ, ਭਾਰਤੀ ਜਨਤਾ ਪਾਰਟੀ, ਇਸੇ ਤਰ੍ਹਾਂ ਅਕਾਲੀ ਦਲ ਦਾ ਇਹ ਬੂਥ ਅਤੇ ਨਾਲ ਕਾਂਗਰਸ ਪਾਰਟੀ ਦਾ ਇਹ ਬੂਥ, ਜਿਨ੍ਹਾਂ 'ਤੇ ਇਹਨਾਂ ਪਾਰਟੀਆਂ ਦੇ ਵਰਕਰ ਆਪਣੀ ਆਪਣੀ ਡਿਊਟੀ ਲਈ ਬੈਠੇ ਨੇ। ਉਤਸ਼ਾਹ ਨਾਲ ਇੱਕ ਦੂਸਰੇ ਨਾਲ ਮਿਲਦੇ ਹੋਏ ਲੋਕ, ਨੌਜਵਾਨਾਂ ਵੱਲੋਂ ਵਿਸ਼ੇਸ਼ ਛਬੀਲ ਦਾ ਪ੍ਰਬੰਧ, ਤਾਂ ਕਿ ਗਰਮੀ ਦੇ ਇਸ ਮੌਸਮ ਵਿੱਚ ਸਾਰੇ ਹੀ ਆਉਣ ਵਾਲੇ ਵੋਟਰਾਂ ਨੂੰ ਜਲ ਛਕਾਇਆ ਜਾ ਸਕੇ, ਮਿੱਠਾ ਅਤੇ ਠੰਡਾ ਜਲ। ਵੱਖ ਵੱਖ ਪਾਰਟੀਆਂ ਦੇ ਲੀਡਰ, ਬੀਬੀ ਪਰਮਜੀਤ ਕੌਰ ਲਾਂਡਰਾਂ, ਜੋ ਲਾਂਡਰਾਂ ਤੋਂ ਅਕਾਲੀ ਦਲ ਦੇ ਲੀਡਰ ਨੇ, ਲੋਕ ਆਪਣੀ ਵੋਟ ਦਾ ਅਧਿਕਾਰ ਵਰਤ ਕੇ ਵਾਪਸ ਆਉਂਦੇ ਹੋਏ। ਇਹਨਾਂ ਵਿੱਚ ਕੁਝ ਉਹ ਨੌਜਵਾਨ ਵੋਟਰ ਵੀ ਹਨ ਜੋ ਪਹਿਲੀ ਵਾਰੀ ਵੋਟ ਪਾ ਰਹੇ ਨੇ। ਬੜੇ ਉਤਸ਼ਾਹ ਦੇ ਨਾਲ ਇਹਨਾਂ ਵੋਟਰਾਂ ਨੇ ਵੋਟ ਪਾਈ ਅਤੇ ਕੇਂਦਰ ਵੱਲੋਂ ਇਹਨਾਂ ਨੂੰ ਸਰਟੀਫਿਕੇਟ ਵੀ ਦਿੱਤਾ ਗਿਆ। ਸਾਡਾ ਅਧਿਕਾਰ, ਸਾਡੀ ਵੋਟ, ਸਾਡਾ ਦੇਸ਼, ਸਾਡੇ ਦੇਸ਼ ਦਾ ਭਵਿੱਖ। ਜੈ ਹਿੰਦ।